ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਆ ਪਿਛਲੇ ਵਲੌਗ ਚ ਤੁਸੀਂ ਮੈਨੂੰ ਦੇਖਿਆ ਮੈਂ ਸੌਂ ਰਹੀ ਸੀ ਸੌਂ ਪਿਛਲੇ ਵਲੌਗ ਚ ਤੁਸੀਂ ਦੇਖ ਹੋਏ ਹਾਏ ਵਲੌਗ ਹੀ ਨਹੀਂ ਸ਼ੁਰੂ ਹੁੰਦਾ ਪਿਛਲੇ ਵਲੌਗ ਚ ਤੁਸੀਂ ਦੇਖਿਆ ਵੀ ਮੈਂ ਸੁੱਤੀ ਪਈ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋਈ ਹੋ ਸੀ ਕੱਲ ਰਾਤ ਮੈਨੂੰ ਨੀਂਦ ਨਹੀਂ ਆਈ ਪਤਾ ਨਹੀਂ ਕੀ ਗੱਲ ਹੋ ਗਈ ਤੇ ਇਸ ਕਰਕੇ ਅੱਜ ਜਿਹੜਾ ਸਾਰਾ ਦਿਨ ਹੀ ਆਪਾਂ ਸੁੱਤੇ ਰਹੇ ਆ 12 ਵਜੇ ਤੋਂ ਲੈ ਕੇ 2 ਵਜੇ ਤੱਕ ਮਹਿਕਦੀਪ ਤਾਂ ਗੱਡੀ ਨੂੰ 3 ਘੰਟੇ ਲਾਤੇ ਧੋਣ ਨੂੰ ਗੱਡੀ ਯਾਰ ਬੜੀ ਦੇ ਵਾਲ ਏ ਬਹੁਤ ਸੀਗੇ ਬੜੀ ਤਾਂ ਤੁਹਾਨੂੰ ਨਵਾਂ ਲੁੱਕ ਦਿਖਾਉਣਾ ਆ ਟ੍ਰਾਂਸਫਰਮੇਸ਼ਨ ਥੋੜੇ ਕਿ ਦਿਨਾਂ ਤੱਕ ਮੰਮੀ ਲੱਗਦਾ ਉੱਧਰ ਆ ਹਾਂਜੀ ਤੇ ਆਪਾਂ ਇਹਦੇ ਨਾਲ ਹੀ ਵਲੌਗ ਅੱਜ ਦਾ ਸ਼ੁਰੂ ਕਰਦੇ ਆ ਕਿਉਂਕਿ ਹੁਣ ਸ਼ੁਰੂ ਕਰਨ ਲੱਗੇ ਆ ਅਸੀਂ ਸ਼ਾਮ ਦੇ ਕਿੰਨੇ ਵਜੇ 6 ਵਜੇ ਹੁਣ ਸਾਡਾ ਪਤਾ ਨਹੀਂ ਲੱਗਿਆ ਕਰਨਾ ਤੁਹਾਨੂੰ ਵਲੌਗ ਕਦੋਂ ਸ਼ੁਰੂ ਕਰਨਾ ਸਵੇਰ ਨੂੰ ਵੀ ਕਰ ਸਕਦੇ ਦੁਪਹਿਰ ਨੂੰ ਵੀ ਕਰ ਸਕਦੇ ਆ ਕਿਉਂਕਿ ਕੱਲ ਨੂੰ ਆਪਾਂ ਪਾਠ ਰੱਖਾਉਣਾ ਹੈ ਤੁਸੀਂ ਤੁਹਾਨੂੰ ਪਿਛਲੇ ਵਲੌਗ 'ਚ ਵੀ ਦੱਸਿਆ ਸੀ ਨਾ ਤੇ ਇਦੋਂ ਪਹਿਲਾਂ ਤਿਆਰੀਆਂ ਕੀਤੀਆਂ ਸਾਰੀਆਂ ਜਿਹੜੀਆਂ ਸਫਾਈਆਂ ਸੀ ਉਹ ਕੀਤੀਆਂ ਸੱਜਰੇ ਮੰਮੀ ਨੂੰ ਮੈਂ ਬੁਲਾਈ ਜਾਣਾ ਮੰਮੀ ਆਉਂਦੇ ਕੀ ਕਰਦੇ ਮੈਂ ਕਿਹਾ ਦੂਸਰਾ ਦੱਸ ਦਈਏ ਵੀ ਅਸੀਂ ਕੱਲ ਨੂੰ ਰੱਖਾਉਣਾ ਪਾਠ ਸਾਡੇ ਹੁਣ ਘਰੇ ਪਾਠ ਕਾਹਦਾ ਰੱਖਾਉਣ ਲੱਗਿਆ ਮੰਮੀ ਵਿਆਹ ਵੇਲੇ ਟਾਈਮ ਥੋੜਾ ਸੀਗਾ ਇੱਕ ਸਾਡੇ ਘਰੇ ਉਦੋਂ ਮਿਸਤਰੀ ਲੱਗੇ ਹੋਏ ਸੀਗੇ ਉਦੋਂ ਬਾਅਦ ਫਿਰ ਰਖਾ ਨਹੀਂ ਹੋਇਆ ਹੁਣ ਅਸੀਂ ਸੋਚਿਆ ਕਿ ਮੰਮੀ ਅਰਗੇ ਕਹਿੰਦੇ ਵੀ ਹੁਣ ਰਖਾ ਦਈਏ ਫਿਰ ਗਾਂ ਬੱਚਾ ਹੋ ਜਾਊਗਾ ਫਿਰ ਉਹਦਾ ਵੀ ਫਿਰ ਆਪਣਾ ਡਬਲ ਹੋ ਜਾਊਗਾ ਫਿਰ ਉਦੋਂ ਦੋਵੇਂ ਇਕੱਠੇ ਹੋ ਜਾਣਗੇ ਸੋ ਪਹਿਲਾਂ ਆਪਾਂ ਜਿਹੜਾ ਆ ਤੁਹਾਡੇ ਵਿਆਹ ਵਾਲਾ ਰਖਾ ਲਈਏ ਸੋ ਕੱਲ ਨੂੰ ਰਖਾਉਣਾ ਆ ਤੇ ਹੁਣ ਤਿਆਰੀਆਂ ਤਿਆਰੀਆਂ ਕਰਦੇ ਮੈਂ ਚੱਲਾਂ ਪਹਿਲਾਂ ਆਸੇ ਪਾਸੇ ਕਹਿਣ ਗੁਆਂਢੀਆਂ ਦੇ ਠੀਕ ਹੈ ਹਾਂ ਮੇਰੇ ਤਾਇਆਂ ਦੇ ਤੇ ਤਾਏ ਚਾਚਿਆਂ ਨੂੰ ਕਹਿਣ ਚੱਲੇ ਆ ਬੜੀ ਨਾਲ ਹੀ ਚੱਲ ਜਾਣਾ ਦੇਖੀ ਉੱਠ ਕੇ ਜਦੋਂ ਤੁਸੀਂ ਬਾਹਰ ਗਏ ਕੂਕੀ ਚੜੀ ਉਹ ਵੀ ਤਾਂ ਸੌਂ ਜਾ ਪਿੰਡਾਂ ਦੀ ਸ਼ਾਮ ਬਿਲਕੁਲ ਸ਼ਾਂਤ ਹੁੰਦੀ ਆ ਕਿਉਂਕਿ ਹੁਣ ਪਿਛਲੇ 4-5 ਮਹੀਨਿਆਂ ਤੋਂ ਸ਼ਹਿਰ 'ਚ ਰਹਿ ਰਹੇ ਹਾਂ ਅਤੇ ਕਣਕਾਂ ਪੱਕੀਆਂ ਪਈਆਂ ਪਿੰਡਾਂ ਦੇ ਵਿੱਚ ਹੁਣ ਤਾਂ ਸਾਡੇ ਨਹੀਂ ਥੋੜ੍ਹਾ ਜਲਦੀ ਪੱਕ ਜਾਂਦੀਆਂ ਕਿਉਂਕਿ ਸਾਡੇ ਗੇਤੀਆਂ ਹੁੰਦੀਆਂ ਜ਼ਿਆਦਾਤਰ ਕਣਕਾਂ ਅਤੇ ਜਲੰਧਰ ਵਾਲੀ ਸਾਈਡ ਹਜੇ ਨਹੀਂ ਪੱਕੀਆਂ ਅਤੇ ਹੁਣ ਮੈਂ ਜਾ ਰਿਹਾ ਪਿੰਡ ਨੂੰ ਪਿੰਡ ਉਹ ਇੱਦਾਂ ਆ ਕਿ ਕੱਲ੍ਹ ਸਾਡੀ ਸੀਗੀ 5 ਈਅਰ ਐਨਵਰਸਰੀ ਸੋ ਜੋਤ ਨੂੰ ਲੱਗਿਆ ਕਿ ਇਸ ਵਾਰ ਨਹੀਂ ਸੈਲੀਬ੍ਰੇਟ ਕਰਨੀ ਬਟ ਸੈਲੀਬ੍ਰੇਟ ਕੁਛ ਜ਼ਿਆਦਾ ਨਹੀਂ ਹੁੰਦਾ ਸਿਰਫ ਕੇਕ ਕੱਟਣਾ ਹੁੰਦਾ ਸੋ ਇਸ ਕਰਕੇ ਜਿਹੜਾ ਆ ਵੀ ਮੇਰਾ ਇਹ ਸੀਗਾ ਕਿ ਮੰਮੀ ਪਾਪਾ ਹੋਰਾਂ ਨਾਲ ਜਾ ਕੇ ਸੈਲੀਬ੍ਰੇਟ ਕਰਾਂਗੇ ਬਟ ਕੱਲ੍ਹ ਅਸੀਂ ਆਏ ਨਹੀਂ ਸੋ ਇਸ ਕਰਕੇ ਮੈਂ ਚੁੱਪ ਰਿਹਾ ਅਤੇ ਹੁਣ ਮੈਂ ਚੱਲਾਂ ਪਿੰਡ ਨੂੰ ਪਿੰਡ ਜਾ ਕੇ ਹੁਣ ਮੈਂ ਪਿੰਡੋਂ ਲਿਆਉਣਾ ਕੇਕ ਛੋਟਾ ਜਿਹਾ ਅਤੇ ਲਿਆ ਕੇ ਜੋਤ ਨੂੰ ਦੇਵਾਂਗੇ ਸਰਪ੍ਰਾਈਜ਼ ਅਤੇ ਨਾਲੇ ਉਹਨੂੰ ਪਾਪਾ ਜਾਣਗੇ ਪਾਪਾ ਗਏ ਹੋਏ ਪਿੰਡ ਨੂੰ ਬਹੁਤ ਟਾਈਮ ਦੇ ਅਤੇ ਫਿਰ ਨਾਲੇ ਉਹ ਕੱਟਾਂਗੇ ਅਤੇ ਅੱਜ ਸੈਲੀਬ੍ਰੇਸ਼ਨ ਕਰਦੇ ਹਾਂ ਅਤੇ ਰਾਤ ਨੂੰ ਨਾਲੇ ਮਾਰਾਂਗੇ ਇਕੱਲਾ ਭੱਤ ਆ ਗਿਆ ਪਿੰਡ ਕਰਨ ਕੋਲੇ ਕੇਕ 2-3 ਪਏ ਆ ਆਹ ਮੈਨੂੰ ਪਸੰਦ ਆਇਆ ਵਾ ਲੈਣ ਲੱਗਿਆ ਸਿੱਕਰੀ ਮੂੰਹ ਚ ਸਿੱਕਰੀਆਂ ਇੰਨੇ ਮੈਂ ਥਾਵਾਂ ਚ ਸੋਫਿਆਂ ਚ ਵੇਖੀਆਂ ਨਾ ਸਿੱਕਰੀਆਂ ਸੁੱਕੀਆਂ ਆਈ ਬਸ ਰੰਗ ਕਰਕੇ ਸੋਫਿਆਂ ਚ ਪਾਈ ਜਾਂਦੇ ਸੋਫੇ ਨਾ ਬਣਾ ਕੇ ਜਿਵੇਂ ਸਾਈਡਾਂ ਵਾਲਾ ਜਿਹੜਾ ਹੁੰਦਾ ਹੱਥ ਰੱਖਣ ਵਾਲਾ ਆਮ ਰੈਸਟ ਉਹਦੇ ਵਿੱਚ ਮਤਲਬ ਟੋਆ ਬਣਾ ਕੇ ਖਾਂਚਾ ਉੱਤੇ ਸ਼ੀਸ਼ਾ ਲਾਉਂਦੇ ਆ ਵਿੱਚ ਸਿੱਕਰੀਆਂ ਮੈਂ ਕਿਹਾ ਲੈ ਸਾਡੇ ਤਾਂ ਦੂਸਰਾ ਊਂ ਇਸੇ ਰੋਟੀਆਂ ਫਰਦੀਆਂ ਸਿੱਕਰੀਆਂ ਦੇ ਇੱਥੇ ਸੋਫਿਆਂ ਚ ਪਾਉਂਦੇ ਆ ਰੰਗ ਕਰਕੇ ਸ਼ੋ ਬਣਾਉਂਦੇ ਆ ਗੱਡੇ ਲਾ ਕੇ ਥੱਲੇ ਚਾਰ ਲੱਤਾਂ ਬਣਾ ਲਓ ਹਾਂ ਲੱਕੜ ਦੀ ਗੋਲ ਕੁਰਸੀ ਨੂੰ ਹਾਂ ਤੇ ਉੱਤੇ ਸਾਲ ਮਾਰ ਕੇ ਤੇ ਐਵੇਂ ਦੀਆਂ ਮੋਟੀਆਂ ਛਾਂ ਕੇ ਹਾਂ ਬਣਾ ਕੇ ਦਿੰਦੇ ਪਤਲੇ ਪਤਲੇ ਤੇ ਮਗਰਲੇ ਦੇ ਚਾਰ ਲੰਮੇ ਕਰਤੇ ਤੇ ਸਾਈਡਾਂ ਵਾਲੇ ਛੋਟੇ ਕਰਤੇ ਤੇ ਇੱਕ ਸਾਈਡਾਂ ਦੇ ਉੱਤੋਂ ਲੱਕੜ ਪਾਤੀ ਤੇ ਉਹ ਮਗਰਲੇ ਦੇ ਉੱਤੇ ਪਾਤਾ ਕੁਰਸੀ ਬਣ ਗਈ ਉਹ ਤਾਂ ਦਿਮਾਗੀ ਵਾਲੇ ਆ ਚਾਹੇ ਨਾਲੇ ਤਾਂ ਇੱਕ ਤਾਂ ਪਰ ਕਿਹਦੀ ਮੁਰਕਤ ਆ ਉਹ ਨੇ ਖੇਤੀ ਕਰੀ ਹੈ ਕੁਰਸੀਆਂ ਦੀ ਕੁਰਸੀਆਂ ਦੀ ਖੇਤੀ ਕੁਰਸੀਆਂ ਦੀ ਖੇਤੀ ਲੋਕ ਕੀ ਕੀ ਕਰਦੇ ਉਹਨੇ ਪਤਰ ਕਿਹਦੇ ਦਰਖਤ ਲਾਏ ਹੈ ਤੇ ਉਹਦੀਆਂ ਕੈਲਾਂ ਫੁੱਟਦੀਆਂ ਪਤਲੀਆਂ ਪਤਲੀਆਂ ਜਿਵੇਂ ਤੂਤ ਦੀਆਂ ਹੁੰਦੀਆਂ ਤੇ ਉਹਨਾਂ ਨੂੰ ਥੱਲਿਓ ਕੁਰਸੀਆਂ ਦੇ ਢਾਲ ਨਾਲ ਮੋੜੀ ਜਾਂਦਾ ਅੱਛਾ ਕੱਚੀਆਂ ਹੀ ਕੱਚੀਆਂ ਪਹਿਲਾਂ ਹੀ ਬੁਣੀ ਜਾਂਦਾ ਮੁੜ ਕੇ ਸੁੱਕ ਜਾਣੀਆਂ ਫਿਰ ਕੁਰਸੀ ਬਣ ਜਾਂਦੀ ਜਦੋਂ ਉਹ ਪੂਰੀਆਂ ਵੱਧ ਕੇ ਜਦੋਂ ਕੁਰਸੀ ਬਣ ਜਾਂਦੀ ਹੈ ਹਾਂ ਉਦੋਂ ਥੱਲੇ ਕੱਟ ਦਿੰਦਾ ਸਹੀ ਕੱਟ ਦਿੰਦਾ ਉਹ ਸੁੱਕ ਜਾਂਦੀ ਹੈ ਮੈਂ ਦਿਮਾਗ ਹੈ ਲੋਕਾਂ ਦਾ ਉਹ ਲੱਕੜ ਹੀ ਇਹ ਜੀ ਹੋਊਗੀ ਤੂੰ ਕੀ ਖਾਈ ਜਾਂਦਾ ਬੜੀ ਖਾਣ ਵਾਲੀ ਜੀ ਜੀ ਸਿੱਕਰੀ ਖਾਈ ਸਿੱਕਰੀਆਂ ਖਾਈ ਜਾਂਦਾ ਰੋਟੀ ਨਹੀਂ ਮਿਲਦੀ ਇਹਨੂੰ ਹਨਾ ਤਾਂ ਕਰਕੇ
ਪੁੱਠਾ ਸਿੱਧਾ ਖਾਂਦਾ ਰਹਿੰਦਾ ਫਿਰ ਸਵੇਰੇ ਤਾਂ ਨਹੀਂ ਬਣਾਉਣੀ ਦੇਗ ਹੈਂ ਦੇਗ ਸਵੇਰੇ ਤਾਂ ਨਹੀਂ ਇਹ ਤਾਂ ਪਤਾਸੇ ਹੀ ਹੈ ਦੁੱਧ ਉਹ ਕਰਦੇ ਗਰਮ ਦੁੱਧ ਫਿਰ ਮੈਂ ਖਾਣਾ ਨਾ ਵੀ ਇੱਥੇ ਤਾਂ ਪਾਪਾ ਸਾਦਾ ਨਹੀਂ ਰੋਟੀ ਤੋਂ ਪਹਿਲਾਂ ਆਹ ਉਹ ਸਹੀ ਹੈ ਹੋਰ कल फिर आ नहीं होया करके फिर मैं कल कैंसल करता हूँ फिर मैं तो पिंडों जाके लेके आया चल गया उथे लो जी पापा किधर गए लाइट चलाओ इधरों दूजे इधर ले पांच साल मित्र पखा चलता है मम्मी साड़ी पांच साल दी हो गई मम्मी को पापे नु भी दे दो नहीं नहीं मिठा है चलो जी पखा ला दें ये तो पा दे कट के राजू कटाउंदा बाहर सोई आ ਔਰ ਸੋਈ ਆ ਜਿਹੜੀ ਆਪਣੀ ਉਹ ਬਾਰੀ ਉਹ ਉੱਥੇ ਬਾਰੀ ਸੀ ਜਿੱਥੇ ਫ੍ਰਿਜ ਪਾਈ ਹੈ ਨਾ ਉਹ ਬੰਦ ਕਰੀ ਉੱਥੇ ਬਾਰੀ ਹੈ ਅੱਛਾ ਇਹ ਬਾਰੀ ਬੰਦ ਕਰੀ ਹੈ ਇਹਦੇ ਜਿਆਦਾ ਆਹਦਾ ਕਾਕਾ ਹੈ ਪੀ ਦੋਗਾ ਇਹ ਜਗਜੀਤ ਹੈ ਆਹ ਬੋੜਾ ਹੈ ਇੱਥੇ ਵੀ ਬੰਦਾ ਆ ਆਹ ਬੂਟਾ ਹੈ ਤੇ ਤਾਏ ਦਾ ਬੜਾ ਕੋਨੇ ਦਾ ਇੱਥੇ ਕੀ ਹੋ ਗਿਆ ਸੀ ਆ ਕੀ ਹੈ ਰੁੱਦਾ ਕਦੇ ਇੱਥੇ बापू है नहीं का कुटी वाले हां तां बड़ा
ਕੋਟੀ ਵਾਲੇ ਆ ਜੱਸੀ ਵਾਲਾ ਜੱਸੀ ਵਾਲਾ ਆ ਇਹਨਾਂ ਤਾਂ ਨਹੀਂ ਹੈਗਾ ਪਾਪਾ ਨਹੀਂ ਨਹੀਂ ਹਾਂ ਵੱਡਾ ਤਾਂ ਆਇਆ ਇਹ ਵੱਡਾ ਹੈ ਚਰਤਾਇਆ ਕਿਹੜਾ ਹਾਂ मामी लगती है शकल गिंदर है गिंदर जी ने लोहड़ी वंडी है गिंदर नी गिंदर हाँ गिंदर है जो 10 रुपए दिंदा लोहड़ी वंडी अपनी हुण व्याह दी ਅਗਿੰਦਰ ਦੇ ਆ ਵਜ਼ੀਰ ਖੜਾ ਨਾਲ ਮੈਂ ਤਾਂ ਵਜ਼ੀਰ ਦੇ ਹੀ ਜਾਂਦਾ ਆ ਗਾਗੜੀ ਦੇ ਰਤਾ ਆ ਮਾਂ ਮੱਤੀ ਆ ਪੂਰਾ ਉਹਨਾਂ ਸਾਰਿਆਂ ਨੂੰ ਸੱਦਿਆ ਸੀ ਉਦੋਂ ਵੀ ਤੇ ਹੋਰ ਉਹ ਤਾਂ ਪੂਰਾ ਕੀਤਾ ਸੀ ਪਾਰਟੀ ਸਾਰੇ ਪਿੰਡ ਨੂੰ ਆ ਹੈਪੀ ਨਹੀਂ ਆਏ ਹੈਪੀ ਆ ਹੁਣ ਤਾਂ ਪਤਾ ਨਹੀਂ ਲੱਗਦਾ ਕਿੱਡਾ ਹੋ ਗਿਆ ਆ ਮੇਰੀ ਭੂਆ ਕਿਹੜੀ गगू तो होई सी है ना मोटी ही गगू बहुत पहला तीन सौ लीटर दारू पी गया मेरे बर्थडे बर्थडे लारी नहीं आया किथे है ਆਈ ਆ ਲਾਰੀ ਇਹ ਪੱਕੀ ਡਿਊਟੀ ਹੁੰਦੀ दारू ਕੱਢਣ ਦੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਭਰਾ ਮਰ ਗਿਆ ਲਾਰੀ ਆਇਆ ਤਾਂ ਸੀਗਾ ਵਿਆਹ ਵਾਲੇ ਆਪਣੇ ਬਾਅਦ ਚ ਸਗਣ ਨਹੀਂ ਦੇ ਗਿਆ ਜਦੋਂ ਬਲੌਗ ਚ ਰੰਗ ਖਾਇਦੀ ਹੋਰ ਚੱਕ ਕੇ ਲੈ ਗਿਆ ਉਹਨੂੰ ਕਹਿਣਾ दारू ਕੱਢ ਆਹੀ ਲਾਰੀ ਆ ਹੁਣ ਚੱਠੂ ਚੱਠੂ ਉਹਦੇ ਹੀ ਰੱਖਿਆ ਹੀ ਉਹਨੇ ਚੱਠੂ ਹੋਰ ਹਾਂ ਆਹ ਮਿੱਠੋ ਖੜੀ ਆ ਜਾਂ ਮਾਸੀ ਕਾ ਰੂਪ ਲਈ ਹੈ ਹੂੰ ਆਹੀ ਇਹ ਫੋਟੋ ਮਾਨ ਹੂੰ ਜਿੱਤ ਮੈਨੂੰ ਤਾਂ ਲੱਗਦੀ ਕੁਛ ਹੋ ਹੋ ਧਰਾਣੇ ਵੀ ਚਾਹੀਦੇ ਇੱਕ ਧਰਾਣਾ ਤੇ ਕੱਢ ਲਓ ਐ ਤਾਂ ਧਰਾਣੇ ਜੇ ਸਤ ਲੈਣੀ ਹੈ ਨਾ ਆ ਕੀ ਚਾਦਰ ਫੇਰ ਸਰ ਕੀ ਹੈ ਸਾਡਾ ਆ ਕੀ ਚਾਦਰਾਂ ਦੋ ਕੱਢ ਲਓ चादरा बिछा देंगे चादर है मेरे देखो आ मम्मी पेटी खोल
मम्मी वाली खोलो हम ऐसा प्रिंट किन्ना सोना है थकावट भी बहुत हो गई अज के दिन चे काफ़ी गल्लां बातें कीतियां अज हसे खेडे वाह तैयारियां भी सारिया कंप्लीट हो गई कपड़े कुपड़े जिहड़े बिस्तरे सिरी कढ़ के रख ले अलग क्योंकि अलग ही चाहिए होंगे आ जो तो सौन का नाटक कर रही है तो मैं सुती पई सी ना भी इना मिलते नवे ब्लॉग चैनल कर लो सबसक्राइब लाइक हाँ नेल्स पिछले ब्लॉग च दिखाई नहीं भुल ही गए तो मिलते नवे ब्लॉग चैनल कर लो सबसक्राइब लाइक कमेंट करके जरूर दस्यो ब्लॉग कि लग्या तो हम सारे ब्लॉग इदा ही आने फेसबुक फेसबुक पेज में भी फॉलो कर लियो साडा पेज है मोडीफाई अप इंस्टाग्राम से भी फॉलो कर लियो इंस्टाग्राम से छेती छेती हूँ 200 फॉलोअर रहा छेती कर दो 60K ते मैं देना अज वाला सरप्राइज बहुत ज्यादा वधिया सीगा ते सानू 5 साल हो गए इकट्ठे नु 5 साल ते मैं देना मैं ब्लॉग दे नाल चैनल कर ले सब्सक्राइब लाइक कमेंट करके जरूर दसो ब्लॉग किदा लगे बाय बाय गुड नाइट।